सो हर जन प्यारे सतगुर तुमरे काज सवारे फिर कर बैसो हर जन प्यारे सतगुर तुमरे काज सवारे दुष्ट दूत परमेश्वर मारे दुष्ट दूत परमेश्वर मारे जन की पैज रखी कर दार फिर कर बैसो हर जन प्यारे अमृत नाम महारस पीने अमृत नाम महारस पीने बादशाह साहस सब वस कर देने अमृत नाम महारस पीने दुष्ट दूत परमेश्वर मारे दुष्ट दूत परमेश्वर मारे जन की पैज रखी कर दार फिर कर बैसो हर जन प्यारे जो भगवान सात संगत मिल की नो दान सात संगत मिल की नो दान निरपा होए पजो भगवान सात संगत मिल की नो दान दुष्ट दूत परमेश्वर मारे दुष्ट दूत परमेश्वर मारे जन की पैज रखी कर दार फिर कर बैसो जन प्यारे सतगुरु तुमरे काज सवारे काज सवारे नानक ओट पकरी प्रभ स्वामी नानक ओट पकरी प्रभ स्वामी शरण परे प्रभ अंतर जामी नानक ओट पकरी प्रभ स्वामी दुष्ट दूत परमेश्वर मारे दुष्ट दूत परमेश्वर मारे जन की पैज रखी कर दार फिर कर बैसो हर जन प्यारे कर देने अमृत नाम महारस पीने अमृत नाम महारस पीने बादशाह साहस सब वस कर देने अमृत नाम महारस पीने दुष्ट दूत परमेश्वर मारे दुष्ट दूत परमेश्वर मारे जन की पैज रखी कर दार फिर कर बैसो हर जन प्यारे सतगुर तुमरे काज सवारे फिर कर बैसो हर जन प्यारे सतगुर तुमरे काज सवारे दुष्ट दूत परमेश्वर मारे दुष्ट दूत परमेश्वर मारे जन की पैज
रखी करदार फिर कर बैसो हर जन प्यारे कर बैसो हर जन प्यारे सतगुर तुमरे काज सवारे का मुख वाक है लख खुशियां पातशाहियां जे सतगुर नजर करे निम खेख हर नाम दे मेरा मन तन शीतल होए दे महावाक अनुसार सच्चे पातशाह जी दे दर करदे सी वि सरदार लखवीर सिंह जी नूं समूह परिवार नूं खुशियां भरिया समां प्रदान कीता। अपनी बेटी अवनीत कौर का विवाह आनंद कारज रचिया। सब तो पहला आप जी के चरणों का धन्यवाद शुकराना कर रहे हैं। परिवार ग्रह विखे धुरकी बाणी के श्री अखंड साहब जी प्रारंभ करवाने वास्ते अरदास बेनती कर रहे हैं। गुरु घर तो पावन स्वरूप लैन वास्ते आए जिस रस्ते जाना अपना नाम जपाते जाना परिवार के ग्रह विखे पहुँच करके ग्रह न पवित्र करो। गुरु पातशाह बाणी का फल भाव गुरमुख परिवार के आरंभ किए कारजा बख्शिश करके आप सहायक हो करके कार्यां सफलतावां बख्श के नवाजना करो। दिओ आग्या परिवार नूं सिख सवारी दी सेवा कर सुख होवे नाम चेतावे नानक नाम बोले सो निहाल। Thank you.
ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਗੁਰਪੁਰਾ ਪੇਟਿਉਡ ਭਾਗੀ ਮਣੀ ਪਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੁਰਾ ਪੇਟਿਉਡ ਭਾਗੀ ਮਣੀ ਪਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਹਾਰਾ ਨਿਰਭਉ ਭਏ ਗੁਰੂ ਚਰਨੀ ਲਾਗੇ ਗ੍ਰਾਮ ਨਾਮ ਅਧਾਰਾ ਸਬਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀਓਣਾਰਾ ਕੰਠ ਲਗਾਏ ਆਪਣੇ ਜਣ ਲਾਗੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈਆਂ ਚਰਜ ਸੂਬਾ ਕਾਰਜ ਆਇਆ ਰਾਸੀ ਨਾਨਕ ਗੁਰਪੁਰਾ ਪੇਟਿਓ ਸਗਲੀ ਦੁਖ ਵਿਨਾਸੀ ਵੱਡੀ ਵਡਿਆਈਆਂ ਚਰਜ ਸੂਬਾ ਕਾਰਜ ਆਇਆ ਰਾਸੀ ਨਾਨਕ ਗੁਰਪੁਰਾ ਪੇਟਿਓ ਸਗਲੀ ਦੁਖ ਵਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਬੋਲਣ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਅਰਦਾਸ ਬੇਨਤੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਨੇ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਦੀ ਧਿਆਈ ਐਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਵੇ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਵੇ ਸਹਾਇ ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਸਤਿਗੁਰਾਂ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਦੇ ਚਾਲੀ ਮੁਖ ਤੇ ਰੱਖੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਉਹਦੇ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਸਿਦਕ ਵਾਨਾ ਮਹਾਂਪੁਰਖਾਂ ਦੀ ਗਵਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਆਪਣੀ ਬੇਟੀ ਅਵਨੀਤ ਕੌਰ ਜੀ ਦਾ ਵਿਆਹ ਆਨੰਦ ਕਾਰਜ ਰਚਿਆ ਸਭ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦਾ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਗ੍ਰਹਿ ਵਿਖੇ ਪਾਵਨ ਸਰੂਪ ਲਿਆ ਕਰਕੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀਉ ਕੇ ਸ੍ਰੀ ਖੰਡਪੜ ਸਾਹਿਬ ਜੀ ਪਰਿਵਾਰ ਪ੍ਰਾਰੰਭ ਕਰਵਾਉਣ ਲੱਗੇ ਹਨ ਗੁਰਮੁਖ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਆਪ ਜੀਆਂ ਨੇ ਆਗਿਆ ਬਖਸ਼ਿਸ਼ ਕਰੋ ਸ੍ਰੀ ਖੰਡਪੜ ਸਾਹਿਬ ਜੀ ਪ੍ਰਾਰੰਭ ਕੀਤੇ ਜਾਣ ਸ੍ਰੀ ਖੰਡਪਾਠ ਸੰਬੰਧਿਤ ਸਭ ਸਮੱਗਰੀ ਹਾਜ਼ਰ ਹੈ ਕੋਈ ਤਰੁੱਟੀ ਰਹਿ ਗਈ ਹੋਵੇ ਆਪਣੇ ਖਜ਼ਾਨੇ ਵਿੱਚੋਂ ਪੂਰੀ ਕਰ ਲੈਣੀ ਪਾਠੀ ਸਿੰਘ ਹਾਜ਼ਰ ਹਨ ਪਾਠੀ ਸਿੰਘਾਂ ਦੇ ਸਿਰ ਤੇ ਰਹਿਮਤਾਂ ਬਰਕਤਾਂ ਵਲਹਾਰਾ ਹੱਥ ਰੱਖ ਕੇ ਸ਼ੁੱਧ ਮਨ ਦੇ ਨਾਲ ਗੁਰਬਾਣੀ ਕੀਰਤਨ ਜਸ ਕਰਾਵਣਾ ਪਰਿਵਾਰ ਕੋਲੋਂ ਸ਼ੁੱਧ ਮਨ ਦੇ ਨਾਲ ਸੇਵਾ ਲੈਣੀ ਬਾਣੀ ਦਾ ਫਲ ਭਾਵ ਗੁਰਮੁਖ ਪਰਿਵਾਰ ਦੇ ਆਰੰਭ ਕੀਤੇ ਕਾਰਜਾਂ ਨੂੰ ਬਖਸ਼ਿਸ਼ ਕਰਕੇ ਆਪ ਸਹਾਇਕ ਹੋ ਕਰਕੇ ਕਾਰਜਾਂ ਵਿੱਚ ਸਫਲਤਾਵਾਂ ਬਖਸ਼ ਕੇ ਨਵਾਜਣਾ ਗੁਰੂ ਮਹਾਰਾਜ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ
ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸਰਬੱਤ ਸੰਗਤਾਂ ਦੀ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ 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 ਜਪੇ। ਸਤਿਗੁਰੂ ਜੀ ਕਿਰਪਾ ਕਰਨੀ, ਬੇਟੀ ਅਵਨੀਤ ਕੌਰ ਦੇ ਸਿਰ ਤੇ ਰਹਿਮਤਾਂ ਬਰਕਤਾਂ ਵਾਲਾ ਹੱਥ ਰੱਖਣਾ, ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀ ਦੇ ਦਾਨ ਦੇਣੇ, ਪਾਵਨ ਹੁਕਮਨਾਮੇ ਬਖਸ਼ੋ, ਸ੍ਰੀ ਖੰਡਪੜ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਦਿਓ ਜੀ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੁਗਾ, ਕੋਟ ਬਿਲਨ ਲਾਤੀ ਪ੍ਰਭ ਸਰਨਾ ਪ੍ਰਗਟੀ ਭਲੀ ਸੰਜੁਗਾ। ਕਰ ਸੁਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੁਗਾ, ਕੋਟ ਬਿਲਨ ਲਾਤੀ ਪ੍ਰਭ ਸਰਨਾ ਪ੍ਰਗਟੀ ਭਲੀ ਸੰਜੁਗਾ। ਪ੍ਰਭਾਣੀ ਸ਼ਬਦ ਸੁਭਾਕਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੁਰੇ ਤੂੰ ਰਾਖਿਆ ਰਹਾਉ। ਸਾਚਾ ਸਾਹਿਬ ਮਿਤ ਵਡਾਈ, ਭਗਤ ਵਿਸ਼ਾਲ ਦਿਆਲਾ, ਸੰਤਾਂ ਕੀ ਬੈਦ ਰਖਦਾ ਆਦ ਬਿਰਦ ਪ੍ਰਤਪਾਲਾ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਜੋ, ਸਰਵ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਾਟਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰਾ, ਸਰਵ ਕਲਾ ਬਣਿਆਏ, ਪ੍ਰਗਟ ਪਈ ਸਗਲੀ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਸੁਣੀ ਅਰਦਾਸ ਸੁਆਮੀ ਮੇਰਾ, ਸਰਵ ਕਲਾ ਬਣਿਆਏ, ਪ੍ਰਗਟ ਪਈ ਸਗਲੀ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਮ੍ਰਿਤ ਪ੍ਰਸਾਦ ਜਗ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਸੋਚੈ ਸੋਚਣਾ ਹੋਵੈ ਜੀ ਸੁਚੀ ਲਗਵਾਰ ਚੁੱਪੈ ਚੁੱਪਣਾ ਹੋਵੈ ਜੇ ਲਾਇਰ ਹੋਲਦਾ ਤੁਸੀਆਂ ਭੁਗਣਾ ਉਤਰੀ ਜੀਵਨਾ ਪ੍ਰਿਆ ਭਾਰ ਸਹਿ ਸਿਆਣ ਪਾਲਾ ਹੋਈ ਤਾਂ ਇੱਕ ਨ ਚੱਲੈ ਨਾਲ ਕੀ ਸੁਝਿਆਰਾ ਹੋਈਏ ਕਿ ਕੂੜੈ ਟੁੱਟੈ ਪਾਲ ਹੁਕਮ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮਣਾ ਕਹਿਆ ਜਾਏ ਹੁਕਮੀ ਆਉਣ ਜੀ ਹੁਕਮ ਲੈ ਵਡਿਆਏ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਪਾਈਐ ਇੱਕ ਨਾਗਮੀ ਬਖਸ਼ੀ ਸੇਵ ਹੁਕਮੀ ਸਦਾ ਪਵਾਈ ਹੁਕਮੀ ਅੰਦਰ ਸਭ ਬਾਹਰ ਹੁਕਮਣਾ ਕੋਈ ਨਾਨਕ ਗੁਰੂ ਮੈਂ ਜੇ ਬਜੇ ਤਾਂ ਮੈਂ ਕਹਿ ਨ ਕੋਈ ਗਾਵੇ ਕੋ ਤਾਂ ਮੈਂ ਕਿਸੇ ਜਾਣ ਗਾਵੇ ਕੋ ਦਾਰ ਜਾਣੇ ਨਿਸ਼ਾਨ ਗਾਵੇ ਕੋ ਗੁਣਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੀਰੀ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਤੋੜ ਕਦ ਕਦ ਕਥੀ ਬੋਟੀ ਕੋਟ ਕੋਟ ਦੇ ਦਾ ਦੇਵੇ ਨੀ ਤਕ ਪਾਏ ਜੁਗਾ ਜੁਗੰਤਰ ਗਾਈ ਗਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸ਼ੈ ਵੇ ਪ੍ਰਭਾਵ ਸਾਚਾ ਸਾਹਿਬ ਸੱਚ ਨਾ ਭਾਖਿਆ ਭਾਉ ਅਪਾਰ ਆਖਿਆ ਮੰਗੈ ਦੇ ਦੇ ਦਸ ਕਰੇ ਦਤਾਰ ਵੀਰ ਕੇ ਅੱਗੇ ਰੱਖੀ ਜੇ ਦਿੱਤੇ ਦਰਬਾਰ ਮਹੋ ਕੈ ਬੋਲਣ ਬੋਲੀ ਜੇ ਸੰਭਾਲੇ ਪਿਆਰ ਮਰਦੂਲਾ ਸੱਚ ਨਾ ਮਿਲਿਆਈ ਵਿਚਾਰ ਕਰਮੀ ਆਵੇ ਕਰਪੜਾ ਨਦਰੀ ਮੂਲ ਦੁਆਰ ਨਾਨਕ ਕੀ ਵਜਾਨੀ ਦਾ ਵਾਟੀ ਰਜਿਆ ਦਰਜਾ ਨਾ ਜਾਏ ਕੀਤਾ ਨਾ ਹੋਇਆ ਪਿਆਰ ਨਿਰੰਜਨ ਕੋਈ ਦਿਨ ਸੇਵਾ ਤੁਨ ਪਾਰਾ ਮਾਨ ਮਾਨ ਗਾਵੇ ਗੁਣ ਨਿਧਾਨ ਗਾਵੀਏ ਸੁਣੀ ਜਾਨੀ ਨਾਲ ਚਲੈ ਸਭ ਕੋਈ ਚੰਗਾ ਨਾਮ ਜਗਲੀ ਜੀ ਤਿੰਨ
ਆਵੇ ਤਾਂ ਵਰ ਨਾ ਪੁੱਛੇ ਕਿ ਕੀਤਾ ਅੰਦਰ ਕੀ ਕਾ ਦੋਸ਼ੀ ਦੂਰ ਕਰੇ ਨਾਲ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਝੇ ਜੇ ਤੇ ਗੁਣ ਕੋਈ ਕਰੈ ਸੁਣੈ ਸਿਧ ਬੀਸੁਰ ਨਾ ਸੁਣੈ ਦਰਦਵ ਲਗਾ ਸੁਣੈ ਦੀਪ ਲੋ ਪਰਦਾਲ ਸੁਣੈ ਕੋਈ ਨ ਸਕੀ ਕਾਲ ਨਾਮ ਸਰਦਾ ਵਿਗਾ ਸੁਣੈ ਦੁਪਾ ਗਣਾ ਸੁਣੈ ਸਰ ਬਰਮਾ ਇੰਦ ਸੁਣੈ ਬਖਸਲਾ ਰਮੰਦ ਸੁਣੈ ਜੋ ਜੋ ਤਨ ਭੇਦ ਸੁਣੈ ਸਾ ਸ਼ਬਦ ਵੇ ਨਾਮ ਵਰਤਨ ਦਾ ਵਿਗਾ ਸੁਣੈ ਦੁਪਾ ਗਣਾ ਸੁਣੈ ਸਾ ਸੰਤੋ ਗਿਆ ਸੁਣੈ ਪ੍ਰਕਾਸ਼ ਨਾਮ ਸੁਣੈ ਸਭ ਨਾਨਕ ਬ੍ਰਹਮ
ਕਾਰਜ ਦਿਓ ਸਵਾਰ ਸਤਿਗੁਰ ਸਾਹਿਬ ਸਾਖੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਖਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਲਖਵੀਰ ਸਿੰਘ ਬੀਬਾ ਪਰਮਜੀਤ ਕੌਰ ਸੂਹ ਪਰਿਵਾਰ ਨੂੰ ਖੁਸ਼ੀਆਂ ਭਰਿਆ ਸਮਾਂ ਪ੍ਰਦਾਨ ਕੀਤਾ। ਆਪਣੀ ਬੇਟੀ ਅਵਨੀਤ ਕੌਰ ਦਾ ਵਿਆਹ ਆਨੰਦ ਕਾਰਜ ਰਚਿਆ। ਸਭ ਤੋਂ ਪਹਿਲਾਂ ਸਤਿਗੁਰੂ ਆਪ ਜੀ ਦੇ ਚਰਨਾਂ ਦਾ ਸ਼ੁਕਰਾਨਾ ਧੰਨਵਾਦ ਕੀਤਾ ਗਿਆ ਹੈ। ਪਰਸੋਂ ਦੇ ਰੋਜ਼ ਤੋਂ ਗ੍ਰਹਿ ਵਿਖੇ ਤੁਰਕੀ ਬਾਣੀ ਕੇ ਜਾਪ ਸ੍ਰੀ ਅਖੰਡ ਸਾਹਿਬ ਦੀ ਪ੍ਰਾਰੰਭ ਕਰਵਾਏ। ਆਪ ਜੀਆਂ ਦੀ ਮਹਾਨ ਕਿਰਪਾ ਦਾ ਸਦਕਾ ਗੁਰਬਾਣੀ ਨਿਰਵਿਘਨ ਸਮਾਪਤੀ ਭੋਗ ਪਾਏ ਗਏ ਹਨ। ਪੜ੍ਹੀ ਵਾਚੀ ਬਾਣੀ ਦਾ ਭਾਵ ਗੁਰਮੁਖ ਪਰਿਵਾਰ ਦੇ ਆਰੰਭ ਕੀਤੇ ਕਾਰਜਾਂ ਨੂੰ ਬਖਸ਼ਿਸ਼ ਕਰਕੇ ਆਪ ਸਹਾਇਕ ਕਰਕੇ ਸੱਚੇ ਸਹਾਇਤਾ ਕਰਦੇ ਹੋਏ ਕਾਰਜਾਂ ਵਿੱਚ ਸਫਲਤਾਵਾਂ ਬਖਸ਼ ਕੇ ਨਿਵਾਜਣਾ, ਬੇਟੀ ਅਵਨੀਤ ਕੌਰ ਦੇ ਸਿਰ 'ਤੇ ਰਹਿਮਤਾਂ ਬਰਕਤਾਂ ਵਾਲਾ ਹੱਥ ਰੱਖਣਾ, ਲੰਮੀ ਉਮਰ ਦੇਹ ਰੋਗਤਾ ਤੰਦਰੁਸਤੀ ਦੇ ਦਾਨ, ਚੜ੍ਹਦੀ ਕਲਾ ਕਰਨੀ ਬੇਟੀ ਦੀ ਮਹਾਰਾਜ, ਗੁਰਮੁਖ ਪਰਿਵਾਰ ਵੱਲੋਂ ਆਪ ਜੀਆਂ ਨੂੰ ਸੁੰਦਰ ਰੁਮਾਲ ਪਲਕਾਂ ਸਮੇਤ ਪਹਿਨਾਏ ਗਏ ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਵਿੱਚ ਗੁਰਮੁਖ ਪਰਿਵਾਰ ਦੀਆਂ ਇੱਜ਼ਤਾਂ ਪੱਤਾਂ ਢੱਕ ਲੈਣੀਆਂ, ਸਹਾਇਤਾ ਕਰਨੀ ਸੱਚੇ ਪਾਤਸ਼ਾਹ ਪਾਠੀ ਸਿੰਘਾਂ ਦੀ ਵਜੀਫਤਾ ਵਾਸਤੇ ਸ੍ਰੀ ਅਖੰਡ ਸਾਹਿਬ ਜੀ ਦੀ ਭੇਟਾ 5000 ਰੁਪਇਆ, ਅਰਦਾਸ ਭੇਟਾ 500 ਰੁਪਇਆ, ਕੀਰਤਨ ਭੇਟਾ 200 ਰੁਪਇਆ, ਗੁਰੂ ਘਰ ਵਾਸਤੇ 2100 ਰੁਪਇਆ ਅਰਦਾਸ ਹੋਇਆ, ਬਾਬਾ ਸ਼ਹੀਦਾਂ ਵਾਸਤੇ 200 ਰੁਪਇਆ, ਬਾਬਾ ਭੀਖੋਵਾਲ ਅਸਥਾਨ ਵਾਸਤੇ 200 ਰੁਪਇਆ ਸਤਿਗੁਰੂ ਜੀ ਹਾਜ਼ਰ ਹੋਇਆ ਹੈ। ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਹੈ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਗੰਡਕ ਦੂਰ ਕਾਰੋਬਾਰਾਂ ਵਿੱਚ ਵਾਧੇ, ਕਿਰਤ ਕਮਾਈਆਂ ਨੂੰ ਸਫਲਾ, ਕਮਾਨਾਂ ਵਿੱਚ ਬਰਕਤਾਂ ਪਾਉਣੀਆਂ, ਪਰਿਵਾਰ ਵੱਲੋਂ ਸਤਿਗੁਰੂ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਦਕੇ ਹਾਜ਼ਰ ਹੈ। ਆਪ ਜੀ ਦੇ ਦਰ 'ਤੇ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ, ਆਪ ਜੀ ਦੇ ਰਸਨੀ ਲਾਇਕ ਹੋਵੇ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਵਰਤਾਵਣੇ ਦੀ ਆਗਿਆ ਦਿਓ। ਨਾਲ ਹੀ ਪਰਿਵਾਰ ਵੱਲੋਂ ਮਿਸ਼ਟਾਨ ਪ੍ਰਸ਼ਾਦ ਚਾਹ ਦੇ ਲੰਗਰ ਹਾਜ਼ਰ, ਆਪ ਜੀ ਦੇ ਦਰ 'ਤੇ ਪ੍ਰਵਾਨ ਹੋਣ ਮਹਾਰਾਜ ਵਿੱਚ ਕਰਤਾ ਪੁਰਖ ਖਲੋਆ, ਵਾਰ ਨਾ ਵਿੰਗਾ ਹੋਆ, ਮੰਚਨ ਗੁਰਿਆਂ ਦਾ ਰਾਸੇ ਜਪ ਹਰ ਹਰ ਕਿਲ ਵਿੱਚ ਨਾਸੇ, ਆਸਿਮਰ
ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦੇ ਬਹੁਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਹੈ ਤੇਰਾ 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 ਸਭ ਹੈ ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ ਸੂਰਜ ਤੂੰ ਹੀ ਚੰਦ ਐ ਤੂੰ ਹੀ ਸਭ ਤੇ ਉਹ ਅੰਗ ਸੰਗ ਐ ਰੋਜ਼ੀ ਰੋਟੀ ਦੀ ਵੀ ਕਦਰ ਕਰੀ ਉਹ ਜਿੰਨੀ ਮਿਲ ਗਈ ਸਬਰ ਕਰੀ ਤੇਥੋਂ ਨੀਵੇਂ ਦੇ ਲਈ ਅੱਖ ਭਰੀ ਤੇ ਤਕੜਿਆਂ ਦੇ ਨਾਲ ਗਦਰ ਕਰੀ ਆਗਾਸ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ ਸਾਇੰਸ ਨੂੰ ਲਾਗੇ ਸਾਲ ਕਿੰਨੇ ਕੁਝ ਮੂਰਖ ਕਰਨ ਸਵਾਲ ਕਿੰਨੇ ਤੇਰਾ 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 ਕੱਖ ਨਾ ਮੇਰਾ 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 ਸਭ ਹੈ ਤੇਰਾ ਜੱਸੜ ਖੋਇਆ ਜੱਸੜ ਭੁੱਲਿਆ ਮੈਂ ਤਾਂ ਫਿਰਦਾ ਇੱਥੇ ਰੁਲਿਆ ਨਾ ਕੋਈ ਨੇਤਰ ਅਕਲ ਦਾ ਖੁੱਲਿਆ ਬਣ ਜਾ ਨੱਚਦਾ ਫਿਰਦਾ ਭੁੱਲਿਆ ਮੇਰੇ ਔਗਣਾਂ ਉੱਤੇ ਪਰਦਾ ਜਦੋਂ ਵੀ ਕਰਦਾ ਤੂੰ ਹੀ ਕਰਦਾ ਤੂੰ ਹੀ ਜਿੱਤਦਾ ਮੈਂ ਤਾਂ ਹਰਦਾ ਤੇਰੇ ਬਿਨਾਂ ਨਾ ਪਲ ਵੀ ਸਰਦਾ ਇਹ ਗੀਤ ਵੀ ਤੇਰੇ ਰੀਤ ਵੀ ਤੇਰੇ ਬਣਦੇ ਗਲੇ ਸੰਗੀਤ ਵੀ ਤੇਰੇ ਰਾਜ ਵੀ ਤੇਰੇ ਤਾਜ ਵੀ ਤੇਰੇ ਚਿੜੀ ਵੀ ਤੇਰੀ ਬਾਜ ਵੀ ਤੇਰੇ ਪਾਠ ਤੇਰੇ ਨਮਾਜ਼ ਵੀ ਤੇਰੇ ਸਾਰੇ ਅਲਫਾਜ਼ ਵੀ ਸਵਰੇ ਕਾਜ ਵੀ ਤੇਰੇ ਤੇਰਾ ਸਭ ਯਾ ਤੇਰਾ ਸਭ ਯਾ ਤੇਰਾ ਨਾਨਕਾ
Thank you.
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਅੱਜ ਸਰਦਾਰ ਲਖਵੀਰ ਸਿੰਘ ਬੀਬਾ ਪਰਮਜੀਤ ਕੌਰ ਜੀ ਜਿਨ੍ਹਾਂ ਨੇ ਆਪਣੀ ਬੇਟੀ ਅਵਨੀਤ ਕੌਰ ਜੀ ਦੇ ਵਿਵਾਹ ਕਾਰਜਾਂ ਦੀ ਖੁਸ਼ੀ ਵਿੱਚ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ। ਅੱਜ ਨਿਰਵਿਘਨਤਾ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ, ਉਪਰੰਤ ਕੀਰਤਨ ਹੋਏ ਹਨ। ਸਤਿਗੁਰ ਸੱਚੇ ਪਾਤਸ਼ਾਹ ਪਰਿਵਾਰ ਦੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣੇ, ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਬੇਟੀ ਅਵਨੀਤ ਕੌਰ ਦੇ ਜੋ ਵਿਵਾਹ ਕਾਰਜਾਂ ਦੇ ਪ੍ਰਾਰੰਭ ਵਿੱਚ ਆਪ ਜੀ ਦਾ ਸ਼ੁਕਰਾਨਾ ਕੀਤਾ ਗਿਆ ਹੈ, ਸੰਗਤਾਂ ਦਾ ਸ਼ੁਕਰਾਨਾ ਕੀਤਾ ਹੈ, ਸਤਿਗੁਰ ਸੱਚੇ ਪਾਤਸ਼ਾਹ ਸਾਰੇ ਕਾਰਜਾਂ ਦੇ ਵਿੱਚ ਆਪ ਸਹਾਈ ਹੋ ਕੇ ਪਰਿਵਾਰ ਦੇ ਨਾਲ ਖਲੋਣਾ, ਸਾਰੇ ਕਾਰਜਾਂ ਦੇ ਵਿੱਚ ਆਪ ਹੀ ਅੱਗੇ ਹੋ ਕੇ ਕੰਮ ਕਰਵਾਉਣੇ ਸੱਚੇ ਪਾਤਸ਼ਾਹ ਜੀਓ। ਬੇਟੀ ਅਵਨੀਤ ਕੌਰ ਦੇ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਣੇ, ਜੋ ਰਹਿੰਦੇ ਕਾਰਜ ਹਨ ਉਹ ਆਪ ਹੀ ਸਵਾਰ ਦੇਣੇ। ਬੇਟਾ ਗੁਰਿੰਦਰਪਾਲ ਸਿੰਘ ਜੋ ਵਿਦੇਸ਼ ਵਿੱਚ ਹੈ ਉਸਦੇ ਸਿਰ 'ਤੇ ਚੜ੍ਹਦੀ ਕਲਾ ਕਰਨੇ, ਕਿਰਪਾ ਦਾ ਹੱਥ ਰੱਖਣਾ ਸੱਚੇ ਪਾਤਸ਼ਾਹ ਜੀਓ। ਗੁਰੂ ਘਰ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਪਾਉਂਦੇ ਹੋਏ ਪਰਿਵਾਰ ਵੱਲੋਂ 2100 ਰੁਪਇਆ ਹਾਜ਼ਰ ਕੀਤਾ ਗਿਆ ਹੈ, ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ 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 ਸਤਨਾਮ। ਮੇਰਾ ਮੁਝ ਮੈਂ ਕੁਛ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ, ਇਹ ਤਾਂ ਤੇਰਾ ਦਿੱਤਾ ਨਾਮ। ਸਤਨਾਮ 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 ਸਤਨਾਮ। ਤੇਰੇ ਦਰ ਤੇ ਮੁੱਕ ਜਾਣੀ, ਤੇਰੇ ਦਰ ਤੇ ਮੁੱਕ ਜਾਣੀ, ਉਹ ਤੇਰੇ ਤੋਂ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।